ਅਸਲਾਮ ਅਲੈਕੁਮ ਵਿਊਰਸ, ਕੀ ਹਾਲ ਹੈ ਦੋਸਤੋ? ਠੀਕ ਠਾਕ ਹੋ? ਅੱਜ ਤੁਹਾਨੂੰ ਅਸੀਂ ਵਿਜ਼ਿਟ ਕਰਵਾਉਂਦੇ ਹਾਂ ਤੀਸਰੀ ਸਦੀ ਈਸਵੀ ਦਾ ਇੱਕ ਦਰਵਾਜ਼ਾ ਹੈ, ਰੋਮਨ ਦਰਵਾਜ਼ਾ, ਕਾਫੀ ਪੁਰਾਣਾ ਹੈ। ਅਤੇ ਉਹਦਾ ਤੁਹਾਨੂੰ ਅਸੀਂ ਵਿਜ਼ਿਟ ਕਰਵਾਉਂਦੇ ਹਾਂ ਕਿਉਂ ਤਿਆਰ ਹੋਇਆ ਸੀ, ਕਿਸ ਮਕਸਦ ਲਈ ਇਸਤੇਮਾਲ ਹੁੰਦਾ ਰਿਹਾ, ਉਹਦੀ ਸਾਰੀ ਡਿਟੇਲ ਤੁਹਾਨੂੰ ਦੱਸ ਰਿਹਾ ਜੀ। ਵਿਊਰਸ, ਦੇਖੋ ਤੁਸੀਂ, ਕਾਫੀ ਪੁਰਾਣਾ ਯਾਨੀ ਕਿ ਦਰਵਾਜ਼ਾ ਤੀਸਰੀ ਸਦੀ ਈਸਵੀ ਦੇ ਵਿੱਚ ਤਿਆਰ ਹੋਇਆ ਦਾ, ਅੱਜ ਵੀ ਆਪਣੀ ਅਸਲ ਹਾਲਤ ਦੇ ਵਿੱਚ। ਦੀਵਾਰਾਂ ਦੀਆਂ ਦੇਖੋ ਕਿੰਨੀਆਂ ਮੋਟੀਆਂ ਨੇ, ਦੇਖੋ ਜ਼ਰਾ ਉਹਦਾ ਨੀਚੇ ਵਾਲਾ ਹਿੱਸਾ ਹੈ ਸਾਰਾ, ਦੇਖੋ ਉੱਪਰ ਐਂਡ ਤੱਕ, ਅੱਜ ਵੀ ਉਹਨਾਂ ਜਿਹੜਾ ਉਹਨਾਂ ਨੂੰ ਮਹਿਫੂਜ਼ ਰੱਖਿਆ ਹੈ। ਪੂਰੇ ਸ਼ਹਿਰ ਦੇ ਚਾਰੋਂ ਤਰਫ ਯਾਨੀ ਕਿ ਇੱਕ ਦਰ ਚਾਰ ਦੀਵਾਰੀ ਇਹਦੀ ਬਣੀ ਦੀ ਸੀ ਐਸੇ ਮਟੀਰੀਅਲ ਦੀ, ਲੇਕਿਨ ਹੁਣ ਇਹ ਵੇਖ ਕੇ ਇਹਨੂੰ ਖਤਮ ਹੋ ਗਈ ਦੀ ਹੈ ਵਕਤ ਦੇ ਨਾਲ ਨਾਲ। ਲੇਕਿਨ ਇਹ ਜਿਹੜਾ ਇਹ ਦਰਵਾਜ਼ਾ ਅੱਜ ਵੀ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਹੈ। ਇਹਦਾ ਥੋੜ੍ਹਾ ਜਿਹਾ ਵਿਊ ਵੇਖੋ, ਇਹਦਾ ਸੈਕਿੰਡ ਫਲੋਰ ਹੈ, ਅੰਦਰੋਂ ਜ਼ਰਾ ਵਿਊ ਕਰੋ ਇਹਦਾ ਦਰਵਾਜ਼ੇ ਦਾ। ਬਾਕੀ ਮੈਂ ਨੀਚੇ ਜਾ ਕੇ ਵੀ ਤੁਹਾਨੂੰ ਇਹਦਾ ਵਿਊ ਕਰਵਾਉਂਦਾ। ਸਿਟੀ ਦਾ ਵੀ ਕਾਫੀ ਜ਼ਬਰਦਸਤ ਵਿਊ ਆਉਂਦਾ ਹੈ, ਦੇਖੋ ਜ਼ਰਾ ਜਰਮਨੀ ਦੇ ਸਿਟੀ ਇੰਟੀਰੀਅਰ ਦੇ ਵਿੱਚ ਆ ਦਰਵਾਜ਼ਾ ਹੈ, ਇਹਦਾ ਨਾਂ ਹੈ ਪੋਰਟਾਨਿਕਾ। ਦੇਖੋ ਜ਼ਰਾ ਕਾਫੀ ਜ਼ਿਆਦਾ ਟੂਰਿਸਟ ਆਏ ਦੇ ਨੇ। ਆਓ ਤੁਹਾਨੂੰ ਇਹਦਾ ਦੂਸਰਾ ਹਿੱਸਾ ਵੀ ਦਿਖਾਉਂਦੇ ਹਾਂ, ਦੇਖੋ ਹਰ ਤਰ੍ਹਾਂ ਜਿਹੜਾ ਨਾ ਉਹ ਇੱਕ ਗੈਲਰੀ ਬਣੀ ਦੀ ਹੈ। ਇਹਦਾ ਪਹਿਲਾ ਫਲੋਰ ਹੈ, ਯਾਨੀ ਕਿ ਆਪਣੇ ਇਹਨਾਂ ਕੀਮਤੀ ਵਿਰਸੇ ਨੂੰ ਅੱਜ ਵੀ ਅਸਲ ਹਾਲਤ ਦੇ ਵਿੱਚ ਕਾਇਮ ਰੱਖਿਆ ਦਾ, ਮਹਿਫੂਜ਼ ਰੱਖਦੇ ਨੇ ਆਪਣੀਆਂ ਚੀਜ਼ਾਂ ਨੂੰ, ਕਦਰ ਕਰਦੇ ਨੇ ਆਪਣੀਆਂ ਚੀਜ਼ਾਂ ਦੀ। ਇਹਦਾ ਵੇਖੋ ਫਾਇਦਾ ਵੀ ਹੁੰਦਾ ਇਹਨਾਂ ਨੂੰ, ਕਾਫੀ ਜ਼ਿਆਦਾ ਟੂਰਿਸਟ ਆਉਂਦੇ ਨੇ ਵੇਖਣ। ਵੇਖੋ ਜ਼ਰਾ ਇਹ ਉਸ ਤੌਰ ਦੀ ਯਾਨੀ ਕਿ ਗੈਲਰੀ ਬਣੀ ਦੀ ਹੈ ਤੀਸਰੀ ਸਦੀ, ਦੇਖੋ ਡੇਟ ਵੀ ਲਿਖੀ ਦੀ ਹੈ ਉੱਪਰ ਨਾਂ ਲਿਖਿਆ ਹੈ ਜਿਹਨੇ ਯਾਨੀ ਕਿ ਤਿਆਰ ਕੀਤਾ ਸੀ। ਅੱਗੇ ਦੇਖੋ ਸਾਰੇ ਉਹਨਾਂ ਆਏ ਨੇ ਮਾਡਲ, ਇੱਧਰ ਵੀ ਕਿਹੜੀ ਕਿਹੜੀ ਸੰਨ ਦੇ ਵਿੱਚ ਆਇਆ, ਇਹਨਾਂ ਦੇ ਬਾਦਸ਼ਾਹ ਆਏ ਸਨ। ਇਹ ਵੀ ਕਾਫੀ ਜ਼ਬਰਦਸਤ ਗੈਲਰੀ ਹੈ, ਮਟੀਰੀਅਲ ਇਹਨਾਂ ਬਹੁਤ ਜ਼ਬਰਦਸਤ ਯੂਜ ਕੀਤਾ ਇਹਦਾ, ਵੇਖੋ ਜ਼ਰਾ ਪੱਥਰ ਦਾ ਸਮਾਲ ਹੈ ਇਹਦਾ ਸਾਰਾ। ਇਹਦਾ ਪਹਿਲੇ ਵਾਲਾ ਹਿੱਸਾ ਹੈ ਫਸਟ ਫਲੋਰ, ਥੋੜ੍ਹੀ ਜਿਹੀ ਗੈਲਰੀ ਬਣੀ ਜੀ ਇਹਨਾਂ ਦੀ, ਆਪਣਾ ਜ਼ਬਰਦਸਤ ਵਿਊ ਆ ਰਿਹਾ। ਟੋਪ ਵਾਲਾ ਹਿੱਸਾ ਇਹ ਉਹਨਾਂ ਥੋੜ੍ਹਾ ਇਹਦਾ ਮਾਡਲ ਬਣਾਇਆ ਤਾ ਕਿ ਪਹਿਲੇ ਕਿਸ ਤਰ੍ਹਾਂ ਦਾ ਸੀ ਮਾਡਲ, ਇਹ ਸ਼ੇਪ ਦੇ ਵਿੱਚ ਸੀ ਦਰਵਾਜ਼ਾ। ਬਾਕੀ ਮੈਂ ਨਿਚਲੀ ਸਾਈਡ ਤੋਂ ਵੀ ਤੁਹਾਨੂੰ ਇਹਦਾ ਵਿਊ ਕਰਵਾਉਣਾ ਦਰਵਾਜ਼ੇ ਦਾ। ਕਾਫੀ ਜ਼ਿਆਦਾ ਲੋਕ ਜਿਹੜਾ ਇਹਨਾਂ ਨੂੰ ਦੇਖਣ ਆਉਂਦੇ ਨੇ, ਕਾਫੀ ਹਿਸਟੋਰੀਕਲ ਦਰਵਾਜ਼ਾ ਹੈ। ਗਰਾਊਂਡ ਫਲੋਰ ਇਹਦੀ ਨੀਚੇ ਨਾ ਪੁਆਇੰਟ ਬਣਾਇਆ ਹੈ ਟਿਕਟ ਪੁਆਇੰਟ, ਉੱਥੋਂ ਟਿਕਟ ਦੀ ਲੈਣੀ ਤੁਸੀਂ ਤਾਂ ਫਿਰ ਉੱਪਰ ਆ ਸਕਦੇ ਹੋ ਤੁਸੀਂ। ਜੀ ਵਿਊਰਸ, ਇਹ ਹੀ ਦਰਵਾਜ਼ਾ ਜਿਹਦਾ ਤੁਹਾਨੂੰ ਅੰਦਰ ਵਾਲੀ ਸਾਈਡ ਤੋਂ ਵਿਜ਼ਿਟ ਕਰਵਾਇਆ ਸੀ, ਦੇਖੋ ਤੁਸੀਂ ਜਰਾ ਕਿੰਨੀ ਕਿੰਨੀ ਮੋਟੀ ਇਹਦੀ ਦੀਵਾਰ ਹੈ। ਦੂਸਰੀ ਸਾਈਡ ਤੋਂ ਵਿਊ ਦਿਖਾਉਂਦਾ ਤੁਹਾਨੂੰ ਮੇਨ ਇੰਟਰੈਂਸ ਇਹਦੀ ਜਿਹੜੀ ਹੈ।
ਇਹ ਦੀ ਮੇਨ ਐਂਟਰੈਂਸ ਸੀ ਪਰਪਰਾ ਇਹ ਵੀ ਸ਼ੇਅਰ ਸੀ ਸਾਰੀ ਵੀਡੀਓ ਕੈਸੀ ਲੱਗੀ ਸਾਡੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼ ਦੋਸਤੋ ਮਿਲਾਂਗੇ ਨੈਕਸਟ ਵੀਡੀਓ ਬਣਾ